ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ 'ਚ। ਮੌਸਮ ਅੱਜ ਮੀਂਹ ਵਾਲਾ ਹੋਇਆ ਪਿਆ ਅਤੇ ਉੱਧਰ ਆ ਗਿਆ ਬੰਬੂ ਘਾਟ। ਲਓ ਜੀ ਸਵਰਾਜ 735 ਵੀ ਕਰਤਾ ਸੇਲ ਅੱਜ, 12 ਮਾਡਲ ਹੈਗਾ, ਹਿਮਾਚਲ ਨੰਬਰ ਹੈ ਜੀ ਇਹ ਸ਼੍ਰੀ ਅਨੰਦਪੁਰ ਸਾਹਿਬ ਦੱਸਿਆ, ਵਧੀਆ ਰੇਟ 'ਤੇ ਵੇਚ ਗਿਆ। ਅਤੇ ਜੀ 745 ਵੀ ਵਿਕ ਗਿਆ 14 ਮਾਡਲ। ਅੱਜ ਦੋ ਟਰੈਕਟਰ ਵਿਕ ਗਿਆ 735 ਅਤੇ 745, ਇਹ ਵੀ ਹਿਮਾਚਲ ਨੰਬਰ ਆ ਜੀ। ਅਤੇ ਟਰੈਕਟਰ ਦੀ ਕੰਡੀਸ਼ਨ ਸਾਫ਼ ਆ ਜੀ, ਟਾਇਰ ਬਸ 20-30 ਪੈਸੇ ਆ, ਬਾਕੀ ਅੱਜ ਬਾਈ ਨੇ ਬੈਟਰੀ ਲਿਆ ਕੇ ਰੱਖੀ ਆ ਨਵੀਂ ਹੀਰਾ ਵਾਲਿਆਂ ਦੀ। ਲਓ ਬਾਈ 745 ਵੀ ਕਰਤਾ ਸੇਲ, ਬਾਈ ਉਹਨੂੰ ਲੈ ਗਏ ਸ੍ਰੀ ਅਨੰਦਪੁਰ ਸਾਹਿਬ। ਇਹ ਵੀ ਵਧੀਆ ਰੇਟ 'ਤੇ ਚੱਲ ਗਿਆ। ਅਤੇ 735 ਵੀ ਜਿਹੜਾ ਪਹਿਲਾਂ ਤਾਂ ਉਹ ਵੀ ਵਧੀਆ ਰੇਟ 'ਤੇ ਚੱਲ ਗਿਆ, ਦੋਨੋਂ ਹਿਮਾਚਲ ਨੰਬਰ 'ਤੇ ਜੀ। ਅਤੇ ਬਾਈ ਜੀ ਇਹ 65 ਹੋਰਸ ਪਾਵਰ ਦਾ, 65 ਦਾ ਹੀ ਆ? ਅੱਛਾ, 4 ਸਿਲੰਡਰ 65 ਹੋਰਸ ਪਾਵਰ, ਪਿਛਲੇ ਟਾਇਰ 16 ਦੇ ਆ, ਮੁੱਢਲੇ 750 ਦੇ। ਬਾਈ ਪਹਿਲੀ ਸਰਵਿਸ ਕਰਵਾਉਣ ਆਇਆ ਤਾ, ਪਹਿਲੀ ਸਰਵਿਸ 50 ਘੰਟੇ 'ਤੇ ਹੀ ਦੱਸਦੀ ਹੈ ਕੰਪਨੀ, ਬਾਕੀ ਫਿਰ ਹਰੇਕ 200 ਘੰਟੇ ਬਾਅਦ ਹੁੰਦੀ ਹੈ ਜੀ। ਅਤੇ ਜੀ ਇੱਕ ਆਇਆ ਜੀ 2014 ਮਾਡਲ ਫਾਰਮ ਟਰੈਕ 60 ਸੁਪਰ ਮੈਕਸ ਮਲਟੀ ਸਪੀਡ ਰਿਵਰਸ PTO, ਬਾਈ ਤੇਲ ਚੈੱਕ ਕਰ ਰਿਹਾ। ਹਾਂ ਬਾਈ ਸਰਵਿਸ ਤਾਂ ਨਹੀਂ ਹੋਣੇ ਵਾਲੀ? ਪਿਛਲੇ ਟਾਇਰ ਬਾਈ 16 ਦੇ ਆ ਨਾ, 14-14-9-28। ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਟਰੈਕਟਰ ਦੀ, ਇੱਕ ਪਹਿਲਾਂ ਵੀ ਆਇਆ ਸੀ ਆਪਣੇ ਕੋਲ, ਉਹ ਵੀ 2014 ਮਾਡਲ ਦਾ। ਟਾਇਰ ਪੂਰੇ ਨਵੇਂ ਆ ਜੀ, MRF ਦੇ ਟਾਇਰ ਆ, ਕੋਈ ਲੀਕਿੰਗ ਨਹੀਂ ਹੈਗੀ, ਕੋਈ ਖੁੱਲਿਆ ਵਾ ਨਹੀਂ, ਟਰੈਕਟਰ ਬਿਲਕੁਲ ਸਾਫ਼ ਖੜਾ ਜੀ ਆਪਣੇ ਪਾ। ਕਾਲ ਕਰਕੇ ਤੁਸੀਂ ਇਹਦਾ ਪ੍ਰਾਈਸ ਪੁੱਛ ਸਕਦੇ ਆ ਜੀ, ਡਿਸਕ੍ਰਿਪਸ਼ਨ 'ਚ ਪਾ ਦੂੰਗਾ ਮੈਂ ਨੰਬਰ। ਅਤੇ ਇੱਥੇ ਖੜ੍ਹੇ ਤਾਂ ਜੀ 90 ਟਰੈਕਟਰ ਦਾ ਰੋਹ ਤਾਂ ਖੜ੍ਹੇ ਦਾ, ਹੁਣ ਇੱਥੇ DI 734 ਲਾਇਆ ਜੀ। ਤਿੰਨੋਂ ਟਰੈਕਟਰ ਛੱਡਿਆ ਏ ਅਤੇ ਨਾਭੇ, ਇੱਧਰ HDM ਖੜ੍ਹਾ ਜੀ 750। ਅਤੇ ਹੁਣ ਜਿਹੜੇ ਟਰੈਕਟਰ ਆਉਣੇ ਆ ਉਹ 2023 ਮਾਰਕੇ ਵਾਲੇ ਆਉਂਗੇ, ਜਨਵਰੀ ਜਾਂ ਫਰਵਰੀ ਤੋਂ ਆਉਣੇ ਸ਼ੁਰੂ ਹੋ ਜੂੰਗੇ। ਸੋ ਏਜੰਸੀ ਪਤਾ ਹੀ ਆ ਜੀ ਤੁਹਾਨੂੰ, ਅਨਾਜ ਮੰਡੀ 'ਚ ਆ, ਸਾਰੀਆਂ ਏਜੰਸੀਆਂ ਨਾਲੇ ਆ। ਸੋ ਜੇ ਕੋਈ ਵੀਰ ਲੈਣਾ ਚਾਹੁੰਦਾ ਨਵਾਂ ਟਰੈਕਟਰ ਕੰਟੈਕਟ ਕਰ ਲਿਓ ਜੀ। ਅਤੇ ਜੀ ਇੱਕ ਇੱਧਰ ਸਵਰਾਜ 855 3 ਟਰੈਕਟਰ ਖੜ੍ਹੇ ਆ, ਇਹ ਵੀ ਵਿਕਾਊ ਆ ਜੀ, ਕੰਡੀਸ਼ਨ ਬਿਲਕੁਲ ਵਧੀਆ ਇਹਨਾਂ ਦੀ। ਸੋ ਕੰਟੈਕਟ ਕਰਿਓ ਜੇ ਕੋਈ ਵੀਰ ਲੈਣਾ ਚਾਹੁੰਦਾ।
ਕਾਗਜ਼ ਪੱਤਰ ਸਾਰੇ ਕੋਲੇ ਆ। ਟਾਇਰ ਟੂਰ ਸਭ ਕੁਛ ਓਕੇ ਆ ਜੀ ਟਰੈਕਟਰਾਂ ਦਾ। ਨੰਬਰ ਲੱਗੇ ਹੋਏ ਆ ਇਹਨਾਂ ਦੇ। ਇਹ ਵੀ ਇੰਡੋ ਫਾਰਮ ਵਾਲਿਆਂ ਕੋਲ ਖੜੇ ਆ ਜੀ। ਸੋ ਕੰਟੈਕਟ ਕਰ ਲਿਓ। ਅਤੇ ਇੱਕ ਬਾਈ ਦਾ ਫੋਨ ਆਇਆ ਸੀਗਾ ਅਤੇ ਮੈਸੀ ਟਰੈਕਟਰ ਖੜੇ ਆ ਜੀ। ਮੈਸੀ ਇਹੀ ਖੜਾ ਜੀ 5245। ਬਾਕੀ ਜੇ ਕੋਈ ਆਉਂਦਾ ਹੁੰਦਾ ਵੀਡੀਓ ਪਾ ਦਾਂਗੇ ਜ਼ਰੂਰ। ਫਿਲਹਾਲ ਇਹੀ ਟਰੈਕਟਰ ਖੜੇ ਆ ਜੀ। ਸੋ ਇਸ ਵੀਡੀਓ 'ਚ ਇੰਨਾ ਹੀ ਜੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਜੀ।